ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਅੱਜ ਆਪਾਂ ਗੱਲ ਕਰਾਂਗੇ ਜੀ ਮੱਕੀ ਦੇ ਰੇਟਾਂ ਬਾਰੇ। ਨਵੀਂ ਮੱਕੀ ਮੰਡੀਆਂ 'ਚ ਆਉਣੀ ਸ਼ੁਰੂ ਹੋ ਗਈ ਆ, ਅਸੀਂ ਸਾਡੀ ਮੰਡੀ ਦਾ ਸਾਡੇ ਸ਼ਹਿਰ ਦਾ ਜਿਹੜਾ ਰੇਟ ਤੁਹਾਨੂੰ ਸਾਂਝਾ ਕਰਾਂਗੇ ਕੀ ਜਿਹੜਾ ਚੱਲੀ ਜਾਂਦਾ। ਤੁਸੀਂ ਵੀ ਆਪਣੇ ਸ਼ਹਿਰਾਂ ਦੇ ਰੇਟ ਜਿਹੜੇ ਆ ਉਹ ਜ਼ਰੂਰ ਜਿਹੜੇ ਆ ਕਮੈਂਟ ਦੇ ਵਿੱਚ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕੀ ਰੇਟ ਜਿਹੜਾ ਵਾ ਉਹ ਮੰਡੀਆਂ ਦੇ ਵਿੱਚ ਚੱਲ ਰਿਹਾ ਵਾ। ਅਤੇ ਜਿਹੜੇ ਕਿਸਾਨ ਵੀਰ ਚੈਨਲ 'ਤੇ ਨਵੇਂ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਸੋ ਗੱਲ ਕਰ ਲੈਂਦੇ ਮੱਕੀ ਦੀ, ਮੱਕੀ ਦੇ ਰੇਟ ਬਹੁਤ ਵਧੀਆ ਚੱਲੀ ਜਾਂਦੇ ਆ, ਪਿਛਲੇ ਸਾਲ ਵੀ ਰੇਟ ਵਧੀਆ ਸੀਗੇ, ਹੁਣ ਵੀ ਜਿਹੜੇ ਇਸ ਵਾਰ ਵੀ ਰੇਟ ਆ ਉਹ ਬਹੁਤ ਵਧੀਆ ਵੇਖਣ ਨੂੰ ਮਿਲੀ ਜਾਂਦੇ ਆ। ਸੋ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ, ਆਪਾਂ ਗਿੱਲੀ ਜਿਹੜੀ ਮੱਕੀ ਆਪਾਂ ਵਢਾ ਕੇ ਉਦੋਂ ਹੀ ਲੈ ਜਾਂਦੇ ਹਾਂ ਜਦੋਂ ਮਤਲਬ ਪੈਲੀ 'ਚੋਂ ਵਢਾ ਕੇ ਅਤੇ ਉਸ ਵੇਲੇ ਮੰਡੀ 'ਚ ਜਿਹੜੀ ਆਪਾਂ ਲਿਆਣ ਕੇ ਵੇਚ ਦੇਣੀ ਆ। ਉਹ ਜਿਹੜਾ ਰੇਟ ਜਿਹੜਾ ਬਿਲਕੁਲ ਗਿੱਲੀ ਦਾ ਰੇਟ ਜਿਹੜਾ ਵਾ ਉਹ 1300 ਤੋਂ ਲੈ ਕੇ ਅਤੇ 1400 ਰੁਪਈਆ ਤੱਕ ਜਿਹੜੀ ਆ ਹੁਣ ਵਿਕ ਰਹੀ ਆ। ਅਤੇ ਜਿਹੜੀ ਆਪਾਂ ਸੁਕਾ ਕੇ ਇੱਕ ਦਿਨ ਜਾਂ ਇੱਕ ਦਿਨ ਤੋਂ ਪਲਵਾ ਕੇ ਜਿਹੜੀ ਵੇਚਣੀ ਆ ਉਹ ਜਿਹੜੀ ਆ 1700 ਤੋਂ ਲੈ ਕੇ 1800 ਤੱਕ ਵਿਕ ਰਹੀ ਆ, ਅਤੇ ਬਿਲਕੁਲ ਸੁਕਾ ਕੇ ਜਿਹੜੀ ਢੇਰੀ ਆ ਉਹ ਜਿਹੜੀ 2000 ਤੋਂ ਤਾਂ ਜਿਹੜਾ ਮੰਡੀ ਦਾ ਰੇਟ ਜਿਹੜਾ ਉਹ ਚੱਲੀ ਜਾਂਦਾ ਜਿਹੜੀ ਬਿਲਕੁਲ ਸੁੱਕੀ ਆ। ਸੋ ਵਧੀਆ ਰੇਟ ਜਿਹੜੇ ਆ ਉਹ ਵੇਖਣ ਨੂੰ ਮਿਲੇ ਆ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਵੀ ਰੇਟਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਊਗੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।